ਇਹਨਾਂ ਦੇ ਤਾਂ ਪਹਿਲਾਂ 10-10 ਲੱਖ ਖਾਤਿਆਂ 'ਚ ਵੀ ਪਾਉਣਾ ਸੀ, ਇਹਨਾਂ ਨੇ ਤਾਂ ਬੜਾ ਕੁਛ ਕਰਨਾ ਸੀ। ਇਹਨਾਂ ਦੇ ਜਿਹੜੇ ਵਾਅਦੇ ਨੇ ਉਹ ਸਾਰਾ ਦੇਸ਼ ਜਾਣਦਾ ਹੀ ਹੈ ਕਿ ਇਹਨਾਂ ਦਾ ਕੀ ਕੰਮ ਹੈ, ਫੁੱਟ ਪਾਓ ਅਤੇ ਰਾਜ ਕਰੋ। ਇਹਨਾਂ ਨੇ ਇਹ ਸਾਡਾ ਜਿਹੜਾ ਸੰਵਿਧਾਨ ਆ ਦੇਸ਼ ਦਾ, ਇਹ ਬਰਾਬਰੀ ਦੀ ਗੱਲ ਕਰਦਾ, ਸਾਰੇ ਧਰਮਾਂ ਦੀ, ਸਾਰੇ ਲੋਕਾਂ ਦੀ, ਹਰ ਇੱਕ ਦੀ ਉਹ ਬਰਾਬਰੀ ਦੀ ਗੱਲ ਕਰਦਾ, ਪਰ ਇਹਨਾਂ ਨੇ ਫੁੱਟ ਪਾਓ ਅਤੇ ਰਾਜ ਕਰੋ ਹੀ ਕਰਨਾ ਹੈ। ਅਤੇ ਇਹ ਵੀ ਡਰ ਹੈ ਵੀ ਆਉਣ ਵਾਲੇ ਸਮੇਂ 'ਚ ਇਹ ਲੋਕਤੰਤਰ ਨੂੰ ਖਤਮ ਕਰਕੇ ਵੋਟ ਪਾਉਣ ਦਾ ਅਧਿਕਾਰ ਵੀ ਹੋ ਸਕਦੇ ਨੇ ਲੋਕਾਂ ਤੋਂ, ਅਤੇ ਦੇਸ਼ 'ਚ ਵੋਟਾਂ ਤੋਂ ਬਿਨਾਂ ਇਹ ਜਿਹੜੀ ਕੇਂਦਰ 'ਚ ਆਪਣੀ ਸਰਕਾਰ ਰੱਖਣ ਦੀ ਚਾਲ ਚੱਲ ਸਕਦੇ ਨੇ। ਬੀਜੇਪੀ ਦਾ ਆਪਣਾ ਜਿਹੜਾ ਪੈਰਾਂ 'ਤੇ ਕਹਾੜੀ ਮਾਰੀ ਉਹਨਾਂ ਨੇ ਜੇਲ੍ਹ ਦੇ ਵਿੱਚ ਪਾ ਕੇ, ਅਤੇ ਵੱਡੇ ਵੱਡੇ ਬਹੁਤ ਘੁਟਾਲੇਬਾਜ਼ ਨੇ ਜਿਨ੍ਹਾਂ ਨੇ ਹਜ਼ਾਰਾਂ ਕਰੋੜਾਂ, ਸੈਂਕੜਾਂ ਕਰੋੜਾਂ ਦੇ ਘੁਟਾਲੇ ਕੀਤੇ ਨੇ, ਜਿਨ੍ਹਾਂ ਜਿਹੜੇ ਕਿ ਆਜ਼ਾਦ ਘੁੰਮ ਰਹੇ ਨੇ ਜਾਂ ਬੀਜੇਪੀ ਨੂੰ ਫੰਡ ਦੇ ਰਹੇ ਨੇ। ਅਤੇ ਇਸ ਤਰੀਕੇ ਦਾ ਜਿਹੜਾ ਤਾਨਾਸ਼ਾਹ ਹੈ ਲੋਕ ਬਰਦਾਸ਼ਤ ਨਹੀਂ ਕਰਨਗੇ, ਅਤੇ ਜਿਹੜਾ ਜੇਲ੍ਹਾਂ ਦਾ ਇਹ ਜ਼ੁਲਮ ਦਾ ਜਿਹੜਾ ਜਵਾਬ ਆ, ਲੋਕ ਵੋਟ ਨਾ ਦੇਣ ਨੂੰ ਤਿਆਰ ਨੇ, ਅਤੇ ਆਮ ਆਦਮੀ ਪਾਰਟੀ ਇਹਦਾ ਡਟ ਕੇ ਸਾਹਮਣਾ ਕਰੂਗੀ। ਦੇਸ਼ ਦੇ ਇਮਾਨਦਾਰ ਲੀਡਰਾਂ ਨੂੰ ਜਿਹੜੇ ਲੋਕਾਂ ਦੀ ਆਵਾਜ਼ ਬਣ ਰਹੇ ਨੇ, ਸਿੱਖਿਆ 'ਤੇ ਕੰਮ ਕਰ ਰਹੇ ਨੇ, ਜਿਸ ਤਰੀਕੇ ਅਰਵਿੰਦ ਕੇਜਰੀਵਾਲ ਜੀ ਨੂੰ ਇਹਨਾਂ ਨੇ ਇੱਕ ਜਾਲੀ ਗਵਾਹ ਬਣਾ ਕੇ ਬਿਨਾਂ ਕਿਸੇ ਸਬੂਤ ਤੋਂ, ਬਿਨਾਂ FIR ਤੋਂ ਜੇਲ੍ਹ 'ਚ ਦਿੱਤਾ, ਵੱਡੇ ਵੱਡੇ ਲੀਡਰਾਂ ਨੂੰ ਜੇਲ੍ਹ 'ਚ ਦਿੱਤਾ, ਅਤੇ ਵੱਡੇ ਵੱਡੇ ਘੁਟਾਲਿਆਂ ਨੂੰ ਦਬਾ ਕੇ ਬੀਜੇਪੀ 'ਚ ਉਹੋ ਜਿਹੇ ਪੋਲੀਟੀਸ਼ੀਅਨ ਨੂੰ ਸ਼ਾਮਿਲ ਕਰ ਰਹੀ ਆ। ਉਸ ਚੀਜ਼ ਦੇ ਲੋਕ ਅਸੀਂ ਜਿਹੜੇ ਇਕੱਠੇ ਹੋਏ ਹਾਂ, ਅਤੇ ਅਸੀਂ ਬੀਜੇਪੀ ਸਰਕਾਰ ਦੀ ਇਸ ਤਾਨਾਸ਼ਾਹ ਦੇ, ਦੇਸ਼ ਦੇ ਸੰਵਿਧਾਨ ਨੂੰ ਮੋਡੀਫਾਈ ਕਰਨ ਦੇ ਅਤੇ ਤੋੜ ਮਰੋੜ ਕੇ ਇੱਕ ਨਵੇਂ ਤਰੀਕੇ ਨਾਲ ਜਿਹੜੀ ਇਹਨਾਂ ਦੀ ਚਾਲ ਚੱਲ ਰਹੀ ਹੈ, ਅਸੀਂ ਉਹਦੀ ਸਖ਼ਤ ਜਿਹੜੀ ਹੈ ਆਲੋਚਨਾ ਕਰਦੇ। ਮੈਮ, ਬੀਜੇਪੀ ਦੀ ਜੇਕਰ ਗੱਲ ਕਰੀਏ, ਬੀਜੇਪੀ ਜਿਹੜੀ ਹੈ ਉਹ ਚੋਣਾਂ ਦੇ ਵਿੱਚ ਪ੍ਰਚਾਰ ਕਰ ਰਹੀ ਹੈ ਅਰਵਿੰਦ ਕੇਜਰੀਵਾਲ ਦੀ ਗ੍ਰਿਫਤਾਰੀ ਦੇ ਮਸਲੇ ਨੂੰ ਲੈ ਕੇ। ਤੁਹਾਨੂੰ ਲੱਗਦਾ ਇਸ ਦੇ ਨਾਲ ਆਮ ਆਦਮੀ ਪਾਰਟੀ ਦੇ ਉੱਪਰ ਕੋਈ ਫਰਕ ਪੈਂਦਾ ਹੋਇਆ ਨਜ਼ਰ ਆਊਗਾ? ਨਹੀਂ, ਫਰਕ ਤੇ ਉਹਨਾਂ ਤੇ ਖੁਦ ਤੇ ਪੈ ਰਿਹਾ ਨਾ, ਕਿ ਅਰਵਿੰਦ ਕੇਜਰੀਵਾਲ ਜੀ ਦੀ ਜਿਹੜੀ ਛਵੀ ਹੈ ਲੋਕ ਉਹਨਾਂ ਨੂੰ ਪਸੰਦ ਕਰਦੇ ਨੇ, ਤੇ ਬੀਜੇਪੀ ਦਾ ਆਪਣਾ ਜਿਹੜਾ ਪੈਰਾਂ ਤੇ ਕਹਾੜੀ ਮਾਰੀ ਉਹਨਾਂ ਨੇ ਜੇਲ੍ਹ ਦੇ ਵਿੱਚ ਪਾ ਕੇ, ਤੇ ਵੱਡੇ ਵੱਡੇ ਬਹੁਤ ਘੁਟਾਲੇਬਾਜ਼ ਨੇ ਜਿਨ੍ਹਾਂ ਨੇ ਹਜ਼ਾਰਾਂ ਕਰੋੜਾਂ, ਸੈਂਕੜਾਂ ਕਰੋੜਾਂ ਦੇ ਘੁਟਾਲੇ ਕੀਤੇ ਨੇ, ਜਿਨ੍ਹਾਂ ਜਿਹੜੇ ਕਿ ਆਜ਼ਾਦ ਘੁੰਮ ਰਹੇ ਨੇ ਜਾਂ ਬੀਜੇਪੀ ਨੂੰ ਫੰਡ ਦੇ ਰਹੇ ਨੇ। ਤੇ ਇਸ ਤਰੀਕੇ ਦਾ ਜਿਹੜਾ ਤਾਨਾਸ਼ਾਹ ਹੈ ਲੋਕ ਬਰਦਾਸ਼ਤ ਨਹੀਂ ਕਰਨਗੇ, ਤੇ ਜਿਹੜਾ ਜੇਲ੍ਹਾਂ ਦਾ ਇਹ ਜ਼ੁਲਮ ਦਾ ਜਿਹੜਾ ਜਵਾਬ ਆ, ਲੋਕ ਵੋਟ ਨਾ ਦੇਣ ਨੂੰ ਤਿਆਰ ਨੇ। ਤੇ ਅਸੀਂ ਬਾਬਾ ਸਾਹਿਬ ਜੀ ਦੇ ਸੰਵਿਧਾਨ ਨੂੰ, ਉਹਨਾਂ ਦੇ ਬਣਾਏ ਹੋਏ ਪਵਿੱਤਰ ਸੰਵਿਧਾਨ ਨੂੰ ਬਚਾਉਣ ਲਈ ਜੋ ਕਰਨਾ ਪਿਆ ਉਹ ਕਰਾਂਗੇ। ਬੀਜੇਪੀ ਵੱਲੋਂ ਅੱਜ ਜਿਹੜਾ ਚੋਣ ਮੈਨੀਫੈਸਟੋ ਵੀ ਜਾਰੀ ਕੀਤਾ ਗਿਆ, ਕਿਵੇਂ ਦੇਖਦੇ ਹੋ? ਇਹਨਾਂ ਨੇ ਤਾਂ ਪਹਿਲਾਂ 10-10 ਲੱਖ ਖਾਤਿਆਂ 'ਚ ਵੀ ਪਾਉਣਾ ਸੀ, ਇਹਨਾਂ ਨੇ ਤਾਂ ਬੜਾ ਕੁਛ ਕਰਨਾ ਸੀ। ਇਹਨਾਂ ਦੇ ਜਿਹੜੇ ਵਾਅਦੇ ਨੇ ਉਹ ਸਾਰਾ ਦੇਸ਼ ਜਾਣਦਾ ਹੀ ਹੈ ਕਿ ਇਹਨਾਂ ਦਾ ਕੀ ਕੰਮ ਹੈ, ਫੁੱਟ ਪਾਓ ਅਤੇ ਰਾਜ ਕਰੋ। ਇਹਨਾਂ ਨੇ ਇਹ ਸਾਡਾ ਜਿਹੜਾ ਸੰਵਿਧਾਨ ਆ ਦੇਸ਼ ਦਾ, ਇਹ ਬਰਾਬਰੀ ਦੀ ਗੱਲ ਕਰਦਾ, ਸਾਰੇ ਧਰਮਾਂ ਦੀ, ਸਾਰੇ ਲੋਕਾਂ ਦੀ, ਹਰ ਇੱਕ ਦੀ ਉਹ ਬਰਾਬਰੀ ਦੀ ਗੱਲ ਕਰਦਾ, ਪਰ ਇਹਨਾਂ ਨੇ ਫੁੱਟ ਪਾਓ ਅਤੇ ਰਾਜ ਕਰੋ ਹੀ ਕਰਨਾ ਹੈ। ਅਤੇ ਇਹ ਵੀ ਡਰ ਹੈ ਵੀ ਆਉਣ ਵਾਲੇ ਸਮੇਂ 'ਚ ਇਹ ਲੋਕਤੰਤਰ ਨੂੰ ਖਤਮ ਕਰਕੇ ਵੋਟ ਪਾਉਣ ਦਾ ਅਧਿਕਾਰ ਵੀ ਹੋ ਸਕਦੇ ਨੇ ਲੋਕਾਂ ਤੋਂ, ਅਤੇ ਦੇਸ਼ 'ਚ ਵੋਟਾਂ ਤੋਂ ਬਿਨਾਂ ਇਹ ਜਿਹੜੀ ਕੇਂਦਰ 'ਚ ਆਪਣੀ ਸਰਕਾਰ ਰੱਖਣ ਦੀ ਚਾਲ ਚੱਲ ਸਕਦੇ ਨੇ। ਸੋ ਲੋਕਾਂ ਨੂੰ ਜਾਗਰੂਕ ਹੋਣ ਦੀ ਲੋੜ ਹੈ, ਤੇ ਸਹੀ ਸਰਕਾਰ ਚੁਣਨ ਦੀ ਲੋੜ ਆ। ਇੰਡੀਆ ਅਲਾਇੰਸ ਦੀ ਜਿਹੜੀ ਸਰਕਾਰ ਹੈ, ਮੈਨੂੰ ਪੂਰੀ ਉਮੀਦ ਹੈ ਵੀ ਜਿਹੜੇ ਪੰਜਾਬ ਦੇ ਲੋਕ ਨੇ ਤੇ ਪੂਰੇ ਦੇਸ਼ ਤੋਂ ਜਿਹੜੇ ਲੋਕ ਨੇ, ਉਹ ਸਾਡੇ ਦੇਸ਼ ਦੀ ਜਿਹੜੀ ਵੱਖ ਵੱਖ ਰਾਜਾਂ ਦਾ ਮਿਲਿਆ ਬਣਿਆ ਹੋਇਆ ਇੱਕ ਦੇਸ਼ ਹੈ, ਤੇ ਉਸ ਚੀਜ਼ ਨੂੰ ਸਮਝਦੇ ਹੋਏ ਇੱਕ ਚੰਗੀ ਸਰਕਾਰ, ਚੰਗੀ ਨੀਯਤ ਵਾਲੀ ਸਰਕਾਰ ਨੂੰ ਚੁਣਨਗੇ। ਮਨੀਸ਼ ਤਿਵਾੜੀ ਜੀ ਨੂੰ ਚੰਡੀਗੜ੍ਹ ਤੋਂ ਸੀਟ ਦਿੱਤੀ ਗਈ ਹੈ, ਜਿਹਨੂੰ ਮਰਜ਼ੀ ਦੇ ਦੇਣ ਜੀ, ਸਭ ਦੀ ਸਭ ਨੂੰ ਬੈਸਟ ਵਿਸ਼ਿਜ਼ ਨੇ, ਗੁੱਡ ਲੱਕ ਹੈ।